ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਕਾਫੀ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ। ਉਹਨਾਂ ਨੇ ਬੱਸ ਮਾਫੀਆ ਦੇ ਉੱਤੇ ਬੋਲਦੇ ਹੋਏ ਆਪ ਸਰਕਾਰ ਨੂੰ ਘੇਰਿਆ ਤੇ ਆਪ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਕਿ ਉਹ ਐਵੇਂ ਬੋਲਦੇ ਰਹਿੰਦੇ ਸੀ ਕਿ ਰਾਜਾ ਵੜਿੰਗ ਮਾਫੀਆ ਨੂੰ ਘੇਰਦੇ ਨੇ ਤੇ ਬੱਸਾਂ ਚੈੱਕ ਕਰਦੇ ਨੇ। ਤੁਸੀਂ ਦੋ ਝੂਠ ਬੋਲਤੇ। ਤੁਸੀਂ ਕਿਹਾ ਕਿ ਟਰਾਂਸਪੋਰਟ ਮਾਫੀਆ ਦਾ ਲੱਕ ਤੋੜਤਾ, 42 ਮਲਟੀਪਲ ਐਕਸਟੈਂਸ਼ਨ ਵਾਲੇ ਪਰਮਿਟ ਮੈਂ ਕੈਨਸਲ ਕਰਤੇ। ਕਿੰਨੇ ਮਹੀਨਿਆਂ 'ਚ? 20 ਮਹੀਨਿਆਂ 'ਚ। ਤੇ ਦਿੱਲੀ ਏਅਰਪੋਰਟ ਤੇ ਬੱਸਾਂ ਚਲਾਈਆਂ ਤੇ ਹੁਣ ਪ੍ਰਾਈਵੇਟ ਬੱਸਾਂ ਲੋਕ ਏਅਰਪੋਰਟ ਤੇ ਨਹੀਂ ਚੜ੍ਹਦੇ, ਸਰਕਾਰ ਵਾਲੀਆਂ 'ਚ ਚੜ੍ਹਦੇ ਹੈ। ਇਹ ਤੁਸੀਂ ਕਿਹਾ। ਹਾਲਾਂਕਿ ਤੁਸੀਂ ਤਾਂ ਇਹ ਵੀ ਕਿਹਾ ਸੀ ਮੈਂ ਕਾਗਜ਼ ਨਹੀਂ ਲੈ ਕੇ ਜਾਣੇ, ਪਰ ਥੱਲੇ ਸਕਰੀਨ ਵੀ ਰੱਖੀ ਹੋਈ ਸੀ, ਉੱਥੋਂ ਵੇਖ ਵੇਖ ਕੇ ਪੜ੍ਹੀ ਜਾਂਦੇ ਸੀ ਆਸੇ ਪਾਸਿਓਂ। ਤੁਸੀਂ ਕਹਿੰਦੇ ਸੀ ਬਿਨਾਂ ਕਾਗਜ਼ਾਂ ਤੋਂ ਆਊਂਗਾ ਮੈਂ। ਤੁਹਾਡਾ ਕੀ ਹੈ ਭਾਈ, ਤਕੜੇ ਦਾ 30-100? ਕਿਉਂਕਿ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਪੰਜਾਬ, ਮੈਂ ਪੰਜਾਬ ਬੋਲਦਾ ਹਾਂ, ਦੂਜੇ ਤਾਂ ਸਾਰੇ ਹੀ ਝੂਠ ਤੂਫਾਨ ਹੈ। ਮੈਂ ਦੱਸਦਾ ਇਹ ਸੱਚ ਕੀ, ਇਹਦੇ 'ਚ ਵੀ ਉਹੀ ਗੱਲ ਹੈ ਜਿਹੜੀ ਮੈਂ ਕਾਗਜ਼ ਲੈ ਕੇ ਨਹੀਂ ਆਊਂਗਾ। ਤੁਸੀਂ 18 ਮਹੀਨਿਆਂ 'ਚ 42 ਕੈਂਸਲ ਕੀਤੇ ਹੈ, ਮੈਂ 3 ਮਹੀਨਿਆਂ 'ਚ 625 ਕੰਪਨੀਆਂ ਦੇ 840 ਪਰਮਿਟ ਰੱਦ ਕੀਤੇ ਸੀ। 625 ਕੰਪਨੀਆਂ ਦੇ 840 ਪਰਮਿਟ ਤੇ 99,000 ਕਿਲੋਮੀਟਰ ਮੈਂ ਐਕਸਟੈਂਸ਼ਨ ਉਡਾਤੀ ਸੀ, ਜਿਹਦੇ ਕਰਕੇ ਅਕਾਲੀ ਦਲ ਵਾਲੇ ਮੇਰੇ ਮਗਰ ਤੁਰੇ ਫਿਰਦੇ ਆ ਵੀ ਵੇਖਾਂਗੇ ਇਹਨੂੰ ਮਾਫੀਆ। ਤੇ ਜੇ ਵਿਸ਼ਵਾਸ ਨਹੀਂ ਆਉਂਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਤੇ ਮਾਨ ਸਾਹਿਬ ਕਿਸੇ ਬੱਸ 'ਚ ਚੜ੍ਹ ਕੇ ਵੇਖ ਲਓ, ਕਿਸੇ ਬੱਸ ਦੇ ਡਰਾਈਵਰ ਤੋਂ, ਸਰਕਾਰੀ ਤੋਂ ਤੇ ਕਨੈਕਟਰ ਤੋਂ ਪੁੱਛ ਲਓ। ਮੈਂ ਚੈਲੰਜ ਕਰ ਰਿਹਾ, ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਕਹਿਣਾ, ਮੇਰੀ ਬੇਨਤੀ ਹੈ ਟਰਾਂਸਪੋਰਟ ਦੀ, ਕਿਸੇ ਬੱਸ 'ਚ ਕਿਸੇ ਡਰਾਈਵਰ ਕਿਸੇ ਕੰਡਕਟਰ ਕੋਲ ਚੜ੍ਹ ਕੇ ਪੁੱਛ ਲਓ ਕਿ ਕਿਹੜੇ ਮੰਤਰੀ ਨੇ ਤੇ ਕਿਹੜੇ ਵਧੀਆ ਕੰਮ ਕੀਤੇ। ਉਹ ਆਖਣਗੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਨੇ। ਮੈਂ ਮਾਫੀ ਚਾਹੁੰਦਾ, ਉੱਚੇ ਬੋਲਣਾ ਬੋਲੀਏ, ਕਰਤਾਰੋਂ ਡਰੀਏ। ਤੇ ਮੈਂ ਨਹੀਂ, ਸਾਡੀ ਸਰਕਾਰ ਨੇ, ਉਹ ਹਾਈਕੋਰਟ 'ਚ ਗਏ, ਅਸੀਂ ਮੁੜ ਕੇ ਟ੍ਰਿਬਿਊਨਲ 'ਚ, ਫਿਰ ਉਹਨਾਂ ਨੇ ਟ੍ਰਿਬਿਊਨਲ ਨੂੰ ਭੇਜਤਾ, ਇੱਕ ਟਰਾਂਸਪੋਰਟ ਦਾ ਟ੍ਰਿਬਿਊਨਲ ਹੈਗਾ, ਟ੍ਰਿਬਿਊਨਲ 'ਚੋਂ 48 ਪੇਜਾਂ ਦਾ ਆਰਡਰ ਸਾਡੇ ਹੱਥ 'ਚ ਆ ਗਿਆ। ਮਲਟੀਪਲ ਐਕਸਟੈਂਸ਼ਨ ਇਹ ਸੀਗੀਆਂ ਵੀ ਜੇ ਕੋਟਕਪੂਰੇ ਤੱਕ ਪਰਮਿਟ ਹੈ, 1-24 ਕਿਲੋਮੀਟਰ ਲੈ ਕੇ ਅੱਗੇ ਆ ਸਕਦੇ ਸੀ ਵੀ ਬਾਘੇ ਪੁਰਾਣੇ ਤੱਕ, ਇਦੂ ਵੱਧ ਨਹੀਂ। ਤੇ ਉਹ 24 ਕਰਦੇ ਕਰਦੇ ਲੁਧਿਆਣੇ ਜਾਵੜੇ, 24 ਕਰਦੇ ਕਰਦੇ ਇੱਕ ਦਿਨ ਚੰਡੀਗੜ੍ਹ ਜਾਵੜੇ, ਉਹਨੂੰ ਮਲਟੀਪਲ ਐਕਸਟੈਂਸ਼ਨ ਜਿਹੜੀਆਂ ਬਾਦਲ ਕੰਪਨੀ ਦੀਆਂ ਜ਼ਿਆਦਾ ਸਨ ਅਤੇ ਆਮ ਲੋਕਾਂ ਦੀਆਂ ਵੀ 20-25,000 ਕਿਲੋਮੀਟਰ ਦੀਆਂ ਸਨ। ਔਰ ਇਹਦੇ ਕਰਕੇ ਰੋਡਵੇਜ਼ ਦਾ ਡੇਲੀ ਰੈਵੀਨਿਊ 1 ਕਰੋੜ ਰੁਪਇਆ ਵਧਾਇਆ। ਇਸੇ ਕਰਕੇ ਟਰਾਂਸਪੋਰਟ ਦਾ ਮੈਂ ਚੈਲੰਜ ਕਰਕੇ ਕਹਿੰਦਾ ਕਿਸੇ ਬੱਸ 'ਚ ਚੜ੍ਹ ਜਾਓ, ਕਿਸੇ 'ਚ। ਉਹ ਕਹਿਣਗੇ ਕਿ ਜੋ ਉਦੋਂ ਕੰਮ ਹੋਇਆ ਉਹ ਹੋਇਆ ਨਹੀਂ, ਅਤੇ ਤੁਸੀਂ ਉਹਨਾਂ ਦਾ, ਤੁਹਾਡੇ ਤਾਂ ਮੰਤਰੀ ਨੇ ਇਹ ਕਹਿਤਾ ਸੀ, ਮਿਨਿਸਟਰ ਇਹ ਕਹਿੰਦਾ ਸੀ, ਕਹਿੰਦਾ ਵੀ ਰਾਜਾ ਤਾਂ ਐਵੇਂ ਬੱਸਾਂ ਫੜਦਾ ਰਿਹਾ, ਇਹਨਾਂ ਦੀ ਤਾਂ ਕੋਈ ਗਲਤੀ ਨਹੀਂ ਸੀ। ਅਤੇ ਤੁਹਾਡੇ ਮਿਨਿਸਟਰ ਨੇ ਫਲੋਰ ਆਫ ਦੀ ਹਾਊਸ ਐਕਟ ਕੀ, ਜਿਹੜਾ ਇਲੀਗਲ ਸੈਸ਼ਨ ਸੀ, ਉਹਦੇ 'ਚ ਇਹ ਗੱਲ ਕਹੀ, ਉਹਦੇ 'ਚ ਕਹੀ ਕਿ ਸਾਡੀ ਬੱਸ 'ਚ ਕੋਈ ਨਹੀਂ ਚੜ੍ਹਦਾ। ਅੱਜ ਵੀ ਜਿਹੜੀ ਬੱਸ ਅੱਡੇ 'ਤੇ ਜਾਂਦੀ ਹੈ ਉੱਥੇ ਦਿੱਲੀ, ਉਹਦਾ ਕਿਰਾਇਆ ਘੱਟ ਹੈ ਅਤੇ ਪ੍ਰਾਈਵੇਟ, ਤੁਹਾਨੂੰ ਜਾਣਕਾਰੀ ਨਹੀਂ ਮਾਨ ਸਾਹਿਬ, 4,000 ਰੁਪਇਆ ਅੱਜ ਪ੍ਰਾਈਵੇਟ ਬੱਸ ਦਾ ਕਿਰਾਇਆ ਹੈ, ਪਰ ਸਾਡੀ ਬੱਸ 'ਤੇ ਕੋਈ ਨਹੀਂ ਚੜ੍ਹਦਾ। ਉਹ ਇਸ ਕਰਕੇ ਨਹੀਂ ਚੜ੍ਹਦਾ ਕਿ ਤੁਹਾਡੀ ਏਅਰਪੋਰਟ ਦੇ ਪਹੁੰਚਦੀ ਨਹੀਂ, ਏਅਰਪੋਰਟ ਦੇ ਉੱਥੇ ਜਿੱਥੇ ਪਹੁੰਚਣੀ ਚਾਹੀਦੀ ਹੈ ਬੱਸ। ਇਸ ਕਰਕੇ ਅੱਜ ਵੀ ਲੋਕ ਪ੍ਰਾਈਵੇਟ ਬੱਸ 'ਤੇ ਚੜ੍ਹਨ 'ਤੇ ਮਜਬੂਰ ਹੈ। ਅਤੇ ਤੁਹਾਡੇ ਮੰਤਰੀ ਨੇ ਫਲੋਰ ਆਫ ਦੀ ਹਾਊਸ ਜਵਾਬ ਦਿੱਤਾ ਕਿ 70 ਲੱਖ ਰੁਪਇਆ ਪਾਰਕਿੰਗ ਫੀਸ ਹੈ। ਪਹਿਲੀ ਗੱਲ ਤਾਂ ਹੈ ਨਹੀਂ 70 ਲੱਖ ਰੁਪਇਆ, ਅਤੇ 1 ਕਰੋੜ ਰੁਪਇਆ ਫਲਾਨਾ ਉਹਨੂੰ ਦੇਣਾ ਪੈਂਦਾ। ਇਹਦਾ ਮਤਲਬ ਪ੍ਰਾਈਵੇਟ ਕੰਪਨੀਆਂ, ਬਾਦਲ ਸਾਹਿਬ ਦੀ ਕੰਪਨੀ ਦੀਆਂ ਬੱਸਾਂ ਜਾਂਦੀਆਂ, ਇਹਦਾ ਮਤਲਬ ਉਹ ਕੰਪਨੀ ਸਰਕਾਰ ਨਾਲੋਂ ਵੀ ਵੱਡੀ ਹੋ ਗਈ ਜੇ 70 ਲੱਖ। ਪਹਿਲੀ ਗੱਲ ਤਾਂ ਭਰਨਾ ਨਹੀਂ ਪੈਂਦਾ, ਜੇ ਭਰਨਾ ਨਹੀਂ ਪੈਂਦਾ ਤਾਂ ਭਰਦੇ। ਅੱਜ ਵੀ ਲੋਕ ਪ੍ਰਾਈਵੇਟ ਬੱਸ 'ਤੇ ਚੜ੍ਹਦੇ ਆ ਅਤੇ 4,000 ਰੁਪਇਆ ਉਹਨਾਂ ਦੀ ਟਿਕਟ ਹੈ। ਜਾ ਕੇ ਤੁਸੀਂ ਪੁੱਛ ਸਕਦੇ ਹੋ, ਸਾਡੀ ਘੱਟ ਟਿਕਟ ਹੋਣ 'ਤੇ ਵੀ ਸਾਡੀ ਬੱਸ 'ਚ ਕੋਈ ਨਹੀਂ ਚੜ੍ਹਦਾ।